ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਕਰਮਜੀਤ ਅਨਮੋਲ। ਅੱਜ ਬੜਾ ਭਾਗਾਂ ਵਾਲਾ ਦਿਨ ਹੈ ਜੀ। ਇੱਕ ਬਹੁਤ ਵੱਡੀ ਅਨਾਉਂਸਮੈਂਟ ਹੋਈ ਹੈ ਮੇਰੇ ਵੀਰ ਭਗਵੰਤ ਮਾਨ ਬਾਰੇ। ਸੋ ਮੇਰੇ ਵੱਲੋਂ ਭਗਵੰਤ ਮਾਨ ਨੂੰ ਸੀਐਮ ਦਾ ਚਿਹਰਾ ਅਨਾਉਂਸ ਹੋਣ 'ਤੇ, ਪੰਜਾਬ ਦਾ ਸੀਐਮ ਚਿਹਰਾ ਅਨਾਉਂਸ ਹੋਣ 'ਤੇ ਲੱਖ ਲੱਖ ਮੁਬਾਰਕਾਂ। ਔਰ ਮੈਂ ਕਿਸੇ ਪਾਰਟੀ ਦੀ ਸਪੋਰਟ ਨਹੀਂ ਕਰ ਰਿਹਾ, ਪਰ ਮੈਂ ਹਾਂ ਜਿੱਥੇ ਤੱਕ ਭਗਵੰਤ ਮਾਨ ਨੂੰ ਜਾਣਦਾ, ਕਿਉਂਕਿ ਸਾਡਾ ਕਾਫੀ ਸਾਲਾਂ ਤੋਂ ਬਾਅਦ ਵਾਸਤਾ ਹੈ, ਸਕੂਲ ਟਾਈਮ ਤੋਂ, ਮਤਲਬ ਪਲੱਸ ਵਨ ਪਲੱਸ ਟੂ ਤੋਂ, ਅਤੇ ਉਦੋਂ ਤੋਂ ਉਹਨੂੰ ਦੇਖ ਰਿਹਾ ਸੀ ਕਿ ਬਹੁਤ ਹੀ ਇੰਟੈਲੀਜੈਂਟ ਮੁੰਡਾ ਸੀ ਔਰ ਇੱਕ ਆਮ ਪਰਿਵਾਰ ਦਾ, ਮਿਡਲ ਫੈਮਿਲੀ ਨੂੰ ਬਿਲੋਂਗ ਕਰਦਾ, ਅਤੇ ਅੱਜ ਸੀਐਮ ਦਾ ਦਾਅਵੇਦਾਰ ਬਣਿਆ। ਸੋ ਬਹੁਤ ਬਹੁਤ ਮੁਬਾਰਕਾਂ। ਬਹੁਤ ਚੰਗੀ ਗੱਲ ਲੱਗਦੀ ਹੈ ਕਿ ਬੰਦੇ 'ਚ ਕੈਲੀਬਰ ਹੋਵੇ, ਮਿਹਨਤ, ਲਗਨ, ਇਮਾਨਦਾਰੀ ਹੋਵੇ ਤਾਂ ਕੋਈ ਵੀ ਅਹੁਦਾ ਅਚੀਵ ਕਰ ਸਕਦਾ। ਅਤੇ ਮੈਨੂੰ ਉਮੀਦ ਹੈ ਕਿ ਭਗਵੰਤ ਮਾਨ ਜ਼ਰੂਰ ਇਸ ਵਾਰ ਪੰਜਾਬ ਦਾ ਸੀਐਮ ਬਣੂੰਗਾ। ਔਰ ਮੈਨੂੰ ਮਾਣ ਵੀ ਹੈ ਕਿ ਮੈਂ ਉਹਦੇ ਨਾਲ ਬਹੁਤ ਸਮਾਂ ਬਿਤਾਇਆ, ਅਸੀਂ ਇਕੱਠਿਆਂ ਨੇ ਬੜਾ ਸਮਾਂ ਬਿਤਾਇਆ। ਸਾਡੀ ਜਿਹੜੀ ਆਰਟ ਦੀ ਲਾਈਨ ਸੀ, ਅਸੀਂ ਇਕੱਠਿਆਂ ਨੇ ਸ਼ੁਰੂ ਕੀਤੀ ਸੀ। ਸੋ ਮੈਂ ਅੱਜ ਵੀ ਕਿਸੇ ਨਾਲ ਗੱਲ ਕਰ ਰਿਹਾ ਸੀ ਕਿ ਜਦੋਂ ਅਸੀਂ ਕਾਲਜ ਪੜ੍ਹਦੇ ਸੀਗੇ ਤਾਂ ਮੈਂ ਉਹਨੂੰ ਉਹਦੀਆਂ ਗੱਲਾਂ ਨੂੰ ਦੇਖਦੇ ਹੋਏ, ਉਹਦਾ ਇੰਟਰਸਟ ਦੇਖਦੇ ਹੋਏ ਇਹ ਗੱਲ ਕਹੀ ਸੀ ਕਿ ਭਗਵੰਤ, ਇਹ ਲਾਈਨ ਤਾਂ ਤੇਰੀ ਹੈਗੀ ਹੋਈ ਆਰਟ ਦੀ ਤਾਂ, ਬਟ ਤੂੰ ਇੱਕ ਦਿਨ ਬਹੁਤ ਵੱਡਾ ਲੀਡਰ ਬਣੇਗਾ, ਤੇਰਾ ਅਸਲੀ ਜਿਹੜਾ ਫੀਲਡ ਆ ਉਹ ਪੋਲੀਟਿਕਸ ਹੈ। ਸੋ ਅੱਜ ਉਹ ਸੁਪਨਾ ਵੀ ਸਾਕਾਰ ਹੋਇਆ। ਸੋ ਦੂਜੀ ਗੱਲ ਇਹ ਹੈ ਕਿ ਮੈਂ ਸਮਝਦਾ ਕਿ ਜੋ ਮੇਰੀ ਨਿੱਜੀ ਰਾਏ ਹੈ ਜਾਂ ਭਗਵੰਤ ਮਾਨ ਨੂੰ ਪਿਆਰ ਕਰਨ ਵਾਲੇ ਲੋਕ ਇਹ ਸਮਝਦੇ ਨੇ, ਉਹ ਜਾਣਦੇ ਨੇ ਚੰਗੀ ਤਰ੍ਹਾਂ ਕਿ ਕੋਈ ਵੀ ਪੋਲੀਟੀਸ਼ੀਅਨ ਹੈ ਜਿਹੜਾ ਵੀ ਇਸ ਲਾਈਨ ਦੇ ਵਿੱਚ ਆਇਆ, ਕੋਈ ਵੀ ਐਸਾ ਬੰਦਾ ਨਹੀਂ ਜਿਹੜਾ ਐਮ ਪੀ ਜਾਂ ਐਮ ਐਲ ਏ ਬਣਿਆ ਹੋਵੇ ਅਤੇ ਉਹਦੀ ਜਾਇਦਾਦ ਘਟੀ ਹੋਵੇ। ਇਹ ਇਕੱਲਾ ਪਹਿਲਾ ਪੋਲੀਟੀਸ਼ੀਅਨ ਹੈ। ਬਾਕੀ ਪੋਲੀਟੀਸ਼ੀਅਨ ਸ਼ਾਇਦ ਬਹੁਤ ਜ਼ਮੀਨਾਂ ਜਾਇਦਾਦਾਂ ਬਣਾਉਂਦੇ ਨੇ, ਬਟ ਇਹ ਪਹਿਲਾ ਇਨਸਾਨ ਹੈ ਜਿਹੜਾ ਦੋ ਵਾਰੀ ਐਮ ਪੀ ਬਣ ਕੇ ਵੀ ਇਹਦੀ ਜਾਇਦਾਦ ਘਟਦੀ ਤੁਰੀ ਜਾ ਰਹੀ ਹੈ, ਕਿਉਂਕਿ ਇਹਨੇ ਕਦੇ ਕਰਪਸ਼ਨ ਨਹੀਂ ਕੀਤੀ। ਸੋ ਮੈਨੂੰ ਲੱਗਦਾ ਆਉਣ ਵਾਲੇ ਸਮੇਂ 'ਚ ਜਦੋਂ ਇਹ ਸੀ ਐਮ ਬਣਨਗੇ ਤਾਂ ਪੰਜਾਬ ਦੇ ਲਈ ਬਹੁਤ ਵਧੀਆ, ਮਾਣ ਵਾਲੀ ਗੱਲ ਹੋਊ, ਪੰਜਾਬ ਦੇ ਲੋਕਾਂ ਲਈ ਬੜੀ ਵਧੀਆ ਗੱਲ ਹੋਊ, ਕਿਉਂਕਿ ਲੋਕਾਂ ਦੇ ਵਿੱਚੋਂ ਉੱਠਿਆ ਹੋਇਆ ਮੁੱਖ ਮੰਤਰੀ ਬਣੂੰਗਾ, ਜਿਹੜਾ ਬੰਦੇ ਨੇ ਲੋਕਾਂ ਦੇ ਦੁੱਖ ਦਰਦ ਦੇਖੇ ਹੋਏ ਨੇ, ਕਿਉਂਕਿ ਜਿਹੜਾ ਆਮ ਘਰ ਦਾ ਜੀ ਹੁੰਦਾ ਉਹਨੂੰ ਪਤਾ ਹੁੰਦਾ ਕਿ ਥੱਲੇ ਵੀ ਲੋਕ ਕਿਵੇਂ ਵੱਸਦੇ ਨੇ ਜਾਂ ਕਿਵੇਂ ਵਿਚਰਦੇ ਨੇ। ਸੋ ਉਹਨੂੰ ਤੁਹਾਡੀਆਂ ਦੁੱਖ ਤਕਲੀਫਾਂ ਦਾ ਪਤਾ। ਮੇਰੇ ਵੱਲੋਂ ਭਗਵੰਤ ਮਾਨ ਨੂੰ ਸੀਐਮ ਦਾ ਚਿਹਰਾ ਐਲਾਨਣ 'ਤੇ ਲੱਖ ਲੱਖ ਮੁਬਾਰਕਾਂ, ਪੂਰੇ ਪੰਜਾਬੀਆਂ ਨੂੰ ਲੱਖ ਲੱਖ ਮੁਬਾਰਕਾਂ।